ਇਟਲੀ ਦੇ ਸ਼ਹਿਰ ਵਿਚੈਸਾ ਕਤਲ ਮੈਗਾਬੋ ਦੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਗਿਆਨੀ ਕੁਲਵੰਤ ਸਿੰਘ ਜੀ ਖਾਲਸਾ ਲੁਧਿਆਣੇ ਵਾਲਿਆਂ ਨੇ ਆਪਣੀ ਕਥਾ ਵਿਚਾਰ ਕੀਤੀ, ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਉਹਨਾਂ ਨੇ ਧਰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਵਾਇਆ ਅਤੇ ਗੁਰੂ ਦੇ ਸਿੰਘ ਸਜਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਅੱਜ ਜੋ ਸਮਾਂ ਚੱਲ ਰਿਹਾ, ਜੋ ਪੁਰਾਤਨ ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ, ਉਹਨਾਂ ਬਾਰੇ ਸੰਗਤਾਂ ਨੂੰ ਸਹੀ ਅਰਥਾਂ ਤੋਂ ਬੋਧ ਕਰਵਾਇਆ ਜਾਵੇ। ਸਮਾਗਮ ਦੇ ਦੌਰਾਨ ਉਹਨਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਦਾ ਵਿਰੋਧ ਨਾ ਕਰਨਾ, ਇਹ ਸੰਤੋਖ ਦੀ ਸਿਲਾ ਬਣਾ ਲਵੇ। ਜੇ ਕੋਈ ਸਿਲਾ ਸੰਤੋਖ ਪੀਸਣ ਹੱਥ ਦਾਨ ਤੇ ਹੱਥੋਂ ਕਿਸੇ ਨੂੰ ਕੁਝ ਦੇਣਾ, ਜਿਵੇਂ ਆਪਾਂ ਹੱਥੋਂ ਦਸਵੰਧ ਦਿੰਦੇ ਹਾਂ, ਉਹ ਕਹਿੰਦੇ ਨੇ ਪੀਸਣ ਹੱਥ ਦਾਨ। ਇਹ ਦਾਨ ਬਣਾ ਲਵੇ, ਇਹ ਪੀਸਣਾ ਬਣਾ ਲਵੇ, ਕਿਸੇ ਨੂੰ ਕੁਝ ਦੇਣ ਦੇਣ ਦੀ ਬਿਰਤੀ ਅੰਦਰ ਬੰਦੇ ਦੇ ਅੰਦਰ ਤਿਆਗ ਦੀ ਪੱਟਵੀ ਹੁੰਦੀ। ਉਹਦਾ ਸਰੀਰ ਤਕੜਾ ਹੁੰਦਾ, ਸ਼ਕਤੀਸ਼ਾਲੀ ਹੁੰਦਾ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਰੁਕਾਵਟਾਂ ਹੁੰਦੀਆਂ ਨੇ, ਜੇ ਬੰਦਾ ਉਹਨਾਂ ਦੀ ਵਰਤੋਂ ਕਰ ਲਵੇ, ਉਹਨਾਂ ਨੂੰ ਆਪਣੇ ਰਸਤੇ ਦੀ ਪੌੜੀ ਬਣਾ ਲਵੇ, ਤੇ ਉਹ ਹੌਲੀ ਹੌਲੀ ਮਨੁੱਖ ਨੂੰ ਉੱਪਰ ਚੁੱਕਣਾ ਸ਼ੁਰੂ ਕਰ ਦਿੰਦੀਆਂ ਨੇ। ਜਿੰਨੀਆਂ ਰੁਕਾਵਟਾਂ ਨੇ, ਜਿੰਨੀਆਂ ਜਿੰਨੇ ਦੁੱਖ ਨੇ, ਇਸ ਲਈ ਮਹਾਰਾਜ ਕਹਿੰਦੇ ਨੇ ਦੁੱਖ ਮੋਹਰਾ ਮਾਰਨ ਹਰ ਨਾਮ। ਜ਼ਿੰਦਗੀ ਵਿੱਚ ਜਦੋਂ ਦੁੱਖ ਆਵੇ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦਾ ਉਹਦੇ ਵਿੱਚ ਮਾਰਨ ਮਾਰਨ ਮੈਨੇ ਮਸਾਲਾ ਪਾਵੇ, ਮਸਾਲਾ ਪਾ ਕੇ ਉਸ ਮੋਹਰੇ ਨੂੰ, ਜਿਵੇਂ ਦਵਾਈ ਨੂੰ ਮਸਾਲਾ ਪਾ ਕੇ ਦਵਾਈ ਬਣਾਈ ਜਾਂਦੀ ਹੈ, ਤੇ ਸਾਰੀਆਂ ਦਵਾਈਆਂ ਚਿਹਰੀ ਹੁੰਦੀਆਂ ਤੇ ਬਾਅਦ ਵਿੱਚ ਮਾਰ ਕੇ ਇਹਨਾਂ ਨੂੰ ਯਾਨੀ ਕਿ ਅੱਗ ਦੇ ਉੱਤੇ ਗਰਮ ਕਰਕੇ ਮਸਾਲਾ ਪਾ ਕੇ ਫਿਰ ਦਵਾਈ ਬਣਾ ਦਿੱਤੀ ਜਾਂਦੀ ਹੈ। ਦੁੱਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ। ਫਿਰ ਉਸ ਦਵਾਈ ਨੂੰ ਰੱਖਿਆ ਕਦੇ ਤੇ ਜਾਂਦਾ ਸੰਤੋਖ ਦੀ ਉਹਦੀ ਵਿਕਾਸ, ਉਹਦਾ ਆਨੰਦ ਪ੍ਰਾਪਤ ਹੁੰਦਾ। ਜਿਵੇਂ ਦਵਾਈ ਬੜੀ ਕੌੜੀ, ਪਰ ਕੌੜੀ ਦਵਾਈ ਨੂੰ ਜਦੋਂ ਕੋਈ ਚੰਗੀ ਤਰ੍ਹਾਂ ਪ੍ਰੇਮ ਨਾਲ ਛਕ ਲੈਂਦਾ ਤੇ ਉਹ ਰੋਗਾਂ ਨੂੰ ਕੱਟਦੀ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ ਜੇ ਦੁੱਖ ਮੋਹਰਾ ਮਾਰਨ ਹਰ ਨਾਮ। ਦੁੱਖ ਬਾਕੀ ਮੋਹਰਾ ਮੋਹਰਾ ਮੈਨੇ ਜ਼ਹਿਰ, ਜ਼ਹਿਰ ਵਰਗਾ ਕੌੜਾ ਦੁੱਖ ਕੋਈ ਵੀ ਆ ਜਾਏ ਉਹ ਜ਼ਹਿਰ ਵਰਗਾ। ਸਾਡਾ ਜੀਵਨ ਹੀ ਇੱਥੇ ਸੰਸਾਰ ਮਾਤ ਰੂਪ ਵਿੱਚ ਇਸ ਤਰ੍ਹਾਂ ਦਾ ਬਣਿਆ ਜੇ ਸੁੱਖ ਆਉਂਦਾ ਵੀ ਹੈ ਤੇ ਨਾਲ ਦੁੱਖ ਜ਼ਰੂਰ ਖੜਾ ਹੈ। ਕੋਈ ਬੰਦਾ ਇਹ ਰਾਤੀ ਦੇ ਹੱਥ ਮਾਰ ਕੇ ਨਹੀਂ ਕਹਿ ਸਕਦਾ ਮੈਂ ਲਗਾਤਾਰ ਸੁਖੀ ਰਵਾਂਗਾ। ਕਿਤੇ ਨਾ ਕਿਤੇ ਕੰਮ ਉਲਝ ਜਾਂਦਾ, ਕਿਤੇ ਨਾ ਕਿਤੇ ਰੁਕਾਵਟ ਜ਼ਰੂਰ ਆ ਜਾਂਦੀ। ਆਮ ਕੀ ਸੋਚਿਆ ਜਾਂਦਾ ਕਿ ਦੁੱਖ ਆਵੇ ਨਾ, ਦੁੱਖ ਆਵੇ ਨਾ, ਪਰ ਮਹਾਰਾਜ ਕਹਿੰਦੇ ਨੇ ਜ਼ਿੰਦਗੀ ਐਸੀ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਤੇ ਦੁੱਖ ਨਹੀਂ ਆਉਣਾ ਚਾਹੀਦਾ ਵੀ ਬੰਦੇ ਦਾ ਮਨ ਹੀ ਟੁੱਟ ਜਾਏ, ਪਰ ਦੁੱਖ ਜ਼ਿੰਦਗੀ ਵਿੱਚ ਸਿਖਾਉਂਦਾ ਬੰਦੇ ਨੂੰ ਪਰਮੇਸ਼ਰ ਦੇ ਨੇੜੇ ਲੈ ਕੇ ਜਾਂਦਾ। ਤੁਸੀਂ ਬਾਣੀ ਵਿੱਚ ਪੜ੍ਹਦੇ ਹੋ ਦੁੱਖ ਦਾਰੂ ਸੁੱਖ ਰੋਗ ਪੈਦਾ। ਸੁੱਖ ਰੋਗ ਕਿਉਂ ਬਣਦਾ? ਕਿਉਂਕਿ ਸੁੱਖ ਦੇ ਵਿੱਚ ਬੰਦਾ ਪੁੱਤਰ ਵਾਂਗੂ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਚਲਾ ਜਾਂਦਾ, ਉਹਦੀ ਜ਼ਿੰਦਗੀ ਦਾ ਵਿਕਾਸ ਹੀ ਨਹੀਂ ਹੁੰਦਾ, ਅੱਗੇ ਵੱਧਦੇ ਨਹੀਂ। ਦੁੱਖ ਵਿੱਚ ਉਹਨੂੰ ਸੰਘਰਸ਼ ਕਰਨਾ ਪੈਂਦਾ ਤੇ ਸੰਘਰਸ਼ ਵਿੱਚ ਬੰਦੇ ਦੀ ਜ਼ਿੰਦਗੀ ਤਾਕਤ ਪੜਦੀ। ਔਰ ਤੁਸੀਂ ਮੋਢੀ ਦੀ ਉਦਾਹਰਣ ਲੈ ਲਓ,
ਜਿਹੜਾ ਬੰਦਾ ਮੰਜੇ ਤੇ ਬੈਠਾ ਹੋਵੇ, ਖੁਰਾਕ ਭਾਵੇਂ ਕਿੰਨੀ ਕਾਇ ਉਹਦੇ ਸਰੀਰ ਦੀ ਤਾਕਤ ਨਹੀਂ ਬਣਦੀ, ਪਰ ਜਿਹੜਾ ਬੰਦਾ ਸਟਰਗਲ ਵਿੱਚ ਰਹੇ। ਆਵਾਜ਼ੀ ਕੌਮ ਟੀਵੀ ਲਈ ਇਟਲੀ ਤੋਂ ਵਿੱਕੀ ਬਟਾਲਾ ਦੀ ਰਿਪੋਰਟ।